ਧਰਤੀ ਤੇ। ਸੰਗਤਾਂ ਪ੍ਰਵੇਸ਼ ਕਰਦੀਆਂ ਹਨ ਤਾਂ ਦਿਨ ਪਹਿਲੇ ਦੀ ਚੌਂਕੀ ਦਾ ਕੀਰਤਨ ਪੂਰਿਆ ਹੁੰਦਾ ਹੈ। ਇਸ ਤੋਂ ਉਪਰੰਤ ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਹੁੰਦਾ ਹੈ। ਕਿਵਾੜ ਖੁੱਲਣ ਤੋਂ 2 ਘੰਟੇ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸ੍ਰੀ ਹਰਿਮੰਦਰ ਸਾਹਿਬ ਵਿੱਚ ਪ੍ਰਵੇਸ਼ ਕਰੇਗੀ। ਕੋਠਾ ਸਾਹਿਬ ਵਿੱਚ ਪਾਵਨ ਬੀੜ ਦੀ ਤਿਆਰੀ ਹੋ ਰਹੀ ਹੈ। ਸੰਗਤਾਂ ਦੇ ਹਿਰਦੇ ਮਹਾਰਾਜ ਦੀ ਸਵਾਰੀ ਦੇ ਦੀਦਾਰ ਕਰਨ ਲਈ ਬਹਿਬਲ ਹਨ। ਨੈਣ ਮਹਿੰਜੇ ਤਰਸਦੇ ਕਦ ਪਸੀ ਦੀਦਾਰ ਵਾਲਾ ਮਾਹੌਲ ਹੈ ਤੇ ਫੇਰ ਉਹ ਵਡਭਾਗਾ ਪਾਉਂਦਾ ਹੈ। ਨਗਾਰੇ ਦੀ ਜੋਟ ਵੱਜਦੀ ਹੈ। ਗ੍ਰੰਥੀ ਸਾਹਿਬ ਮੱਥਾ ਟੇਕ ਕੇ ਕੋਠਾ ਸਾਹਿਬ ਵਿੱਚ ਪ੍ਰਵੇਸ਼ ਕਰਦੇ ਹਨ। ਅਰਦਾਸ ਕਰਨ ਤੋਂ ਬਾਅਦ ਪਾਵਨ ਬੀੜ ਉਹਨਾਂ ਦੇ ਸਿਰ ਉੱਤੇ ਟਿਕਾਈ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਿੱਛੇ ਪਿੱਛੇ ਧੀਮੀ ਤੋਰੇ ਸੰਗਤ ਹਰਿਮੰਦਰ ਸਾਹਿਬ ਵੱਲ ਤੁਰਦੀ ਹੈ। ਕੋਠਾ ਸਾਹਿਬ ਤੋਂ ਅਕਾਲ ਤਖ਼ਤ ਸਾਹਿਬ ਆ ਕੇ ਪਾਵਨ ਬੀੜ ਨੂੰ ਪਾਲਕੀ ਵਿੱਚ ਸੁਸ਼ੋਭਿਤ ਕੀਤਾ ਜਾਂਦਾ ਹੈ। ਫੁੱਲਾਂ ਦੇ ਸਿਹਰੇ ਸਜਾਏ ਜਾਂਦੇ ਹਨ। ਪਾਲਕੀ ਲੈ ਕੇ ਸੰਗਤ ਸ੍ਰੀ ਹਰਿਮੰਦਰ ਸਾਹਿਬ ਵੱਲ ਚੱਲ ਪੈਂਦੀ ਹੈ। ਵਾਰੀ ਵਾਰੀ ਪਾਲਕੀ ਗੇਟ ਮੋਟਾ ਦੇ ਕੇ ਸੰਗਤ ਵਿੱਚ ਸ਼ਾਮਲ ਲੋਕ ਆਪਣੇ ਆਪ ਨੂੰ ਵਡਭਾਗਾ ਸਮਝਦੇ ਹਨ। ਦਰਸ਼ਨੀ ਡਿਉੜੀ ਵਿੱਚ ਪ੍ਰਵੇਸ਼ ਕਰਨ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਨਗਾਰਾ ਵੱਜਦਾ ਰਹਿੰਦਾ ਹੈ। ਨਗਾਰੇ ਦੀ ਧੁੰਨ ਬੰਦ ਹੁੰਦੇ ਸਾਰ ਹੀ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਾਈ ਦੇਣ ਲੱਗ ਪੈਂਦਾ ਹੈ। ਪਾਲਕੀ ਸ੍ਰੀ ਹਰਿਮੰਦਰ ਸਾਹਿਬ ਦੇ ਦੁਆਰ ਤੇ ਆ ਜਾਂਦੀ ਹੈ। ਉਸ ਨੂੰ ਸਤਿਕਾਰ ਨਾਲ ਅੰਦਰ ਲਿਜਾਇਆ ਜਾਂਦਾ ਹੈ। ਇਸ ਦੌਰਾਨ ਆਸਾ ਜੀ ਦੀ ਵਾਰ ਦਾ ਕੀਰਤਨ ਕੁਝ ਸਮੇਂ ਲਈ ਰੁਕ ਜਾਂਦਾ ਹੈ। ਸੰਗਤ ਸਤਿਕਾਰ ਵਿੱਚ ਖੜੀ ਹੋ ਜਾਂਦੀ ਹੈ ਤੇ ਇਕੱਠਿਆਂ ਸਤਨਾਮ ਵਾਹਿਗੁਰੂ ਦੀ ਧੁਨੀ ਦਾ ਜਾਪ ਕਰਦੀ ਹੈ। ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਸਤਿਕਾਰ ਸਹਿਤ ਮੰਜੀ ਸਾਹਿਬ ਤੇ ਸੁਸ਼ੋਭਿਤ ਕਰ ਦਿੱਤਾ ਜਾਂਦਾ ਹੈ।